ਇੱਕ ਟਰੈਕਟਰ ਸਵਾਰ ਦੇ ਵੱਲੋਂ ਮਾਂ ਪੁੱਤ ਤੇ ਟਰੈਕਟਰ ਚਾੜਿਆ ਗਿਆ। ਮਾਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋਈ। ਉਸ ਦਾ ਪੁੱਤ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਇਹ ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ ਤਾਂ ਟਰੈਕਟਰ ਤੇ ਉੱਚੀ ਉੱਚੀ ਗਾਣੇ ਵੱਜ ਰਹੇ ਸੀ। ਗਾਣਿਆਂ ਦੀ ਆਵਾਜ਼ ਘੱਟ ਕਰਵਾਉਣ ਦੇ ਲਈ ਇਹ ਮਾਂ ਪੁੱਤ ਗਏ ਤਾਂ ਇਹਨਾਂ ਦੇ ਨਾਲ ਪਹਿਲਾਂ ਬਹਿਸ ਕੀਤੀ, ਉਸ ਤੋਂ ਬਾਅਦ ਇਹਨਾਂ ਨੂੰ ਟਰੈਕਟਰ ਦੇ ਹੇਠਾਂ ਦਰੜ ਦਿੱਤਾ, ਜਿਸ ਤੋਂ ਬਾਅਦ ਮਾਂ ਦੀ ਦਰਦਨਾਕ ਮੌਤ ਹੋ ਗਈ। ਉਸ ਦਾ ਪੁੱਤ ਫੱਟੜ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਇਹ ਦਰਦਨਾਕ ਮਾਮਲਾ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਤੋਂ ਸਾਹਮਣੇ ਆਇਆ। ਟਰੈਕਟਰ ਦੇ ਉੱਚੀ ਉੱਚੀ ਗਾਣੇ ਵੱਜ ਰਹੇ ਸੀ, ਮਾਂ ਪੁੱਤ ਆਵਾਜ਼ ਸੁਣ ਕੇ ਆਏ, ਜਿਨ੍ਹਾਂ ਨੇ ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਪੁੱਤਰੇ ਹੋਏ ਸ਼ਖਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਮਾਂ ਪੁੱਤ 'ਤੇ ਟਰੈਕਟਰ ਚਾੜ ਦਿੱਤਾ। ਬੀਤੀ ਰਾਤ ਵੇਲੇ ਦੀ ਇਹ ਘਟਨਾ ਹੈ, ਜਦਕਿ ਪੁੱਤ ਉਸਦਾ ਗੰਭੀਰ ਫੱਟੜ ਹੋਇਆ, ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਕਰਾਰ ਮੌਕੇ ਚਾਲਕ ਨੇ ਸਾਥੀਆਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਦੇ ਕਿ ਘਰ ਦੇ ਕੋਲ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ ਤਾਂ ਘਰ ਵਾਲੇ ਮਾਂ ਪੁੱਤ ਬਾਹਰ ਆਏ, ਜਿਨ੍ਹਾਂ ਨੇ ਆਵਾਜ਼ ਨੂੰ ਘੱਟ ਕਰਨ ਦੇ ਲਈ ਕਿਹਾ, ਪਰ ਉਹਨਾਂ ਦੇ ਨਾਲ ਬਹਿਸਬਾਜ਼ੀ ਕੀਤੀ, ਇੱਥੋਂ ਤੱਕ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਮਾਂ ਦੀ ਦਰਦਨਾਕ ਮੌਤ ਹੋ ਗਈ, ਉਸਦਾ ਪੁੱਤ ਫੱਟੜ ਹੋ ਗਿਆ। ਤਾਂ ਮਾਮੂਲੀ ਗੱਲ ਦੇ ਪਿੱਛੇ ਇਹਨਾਂ ਦੀ ਜਾਨ ਲਈ ਗਈ, ਦੂਜਾ ਹਸਪੀਟਲ ਦੇ ਵਿੱਚ ਭਰਤੀ ਹੈ। ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ, ਉੱਚੀ ਉੱਚੀ ਗਾਣੇ ਸਪੀਕਰਾਂ 'ਤੇ ਵੱਜ ਰਹੇ ਸੀ, ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਮਾਂ ਪੁੱਤ 'ਤੇ ਇਸ ਟਰੈਕਟਰ ਸਵਾਰ ਦੇ ਵੱਲੋਂ ਟਰੈਕਟਰ ਚਾੜ ਦਿੱਤਾ ਗਿਆ। ਮਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇੱਕ ਟਰੈਕਟਰ ਸਵਾਰ ਦੇ ਵੱਲੋਂ ਮਾਂ ਪੁੱਤ 'ਤੇ ਟਰੈਕਟਰ ਚਾੜਿਆ ਗਿਆ। ਮਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋਈ। ਉਸ ਦਾ ਪੁੱਤ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਇਹ ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ ਤਾਂ ਟਰੈਕਟਰ 'ਤੇ ਉੱਚੀ ਉੱਚੀ ਗਾਣੇ ਵੱਜ ਰਹੇ ਸੀ। ਗਾਣਿਆਂ ਦੀ ਆਵਾਜ਼ ਘੱਟ ਕਰਵਾਉਣ ਦੇ ਲਈ ਇਹ ਮਾਂ ਪੁੱਤ ਗਏ ਤਾਂ ਇਹਨਾਂ ਦੇ ਨਾਲ ਪਹਿਲਾਂ ਬਹਿਸ ਕੀਤੀ, ਉਸ ਤੋਂ ਬਾਅਦ ਇਹਨਾਂ ਨੂੰ ਟਰੈਕਟਰ ਦੇ ਹੇਠਾਂ ਦਰੜ ਦਿੱਤਾ, ਜਿਸ ਤੋਂ ਬਾਅਦ ਮਾਂ ਦੀ ਦਰਦਨਾਕ ਮੌਤ ਹੋ ਗਈ। ਉਸ ਦਾ ਪੁੱਤ ਫੱਟੜ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਇਹ ਦਰਦਨਾਕ ਮਾਮਲਾ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਤੋਂ ਸਾਹਮਣੇ ਆਇਆ। ਟਰੈਕਟਰ ਦੇ ਉੱਚੀ ਉੱਚੀ ਗਾਣੇ ਵੱਜ ਰਹੇ ਸੀ, ਮਾਂ ਪੁੱਤ ਆਵਾਜ਼ ਸੁਣ ਕੇ ਆਏ, ਜਿਨ੍ਹਾਂ ਨੇ ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਪੁੱਤਰੇ ਹੋਏ ਸ਼ਖਸ ਦੇ ਵੱਲੋਂ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਮਾਂ ਪੁੱਤ 'ਤੇ ਟਰੈਕਟਰ ਚਾੜ ਦਿੱਤਾ। ਬੀਤੀ ਰਾਤ ਵੇਲੇ ਦੀ ਇਹ ਘਟਨਾ ਹੈ, ਜਦਕਿ ਪੁੱਤ ਉਸਦਾ ਗੰਭੀਰ ਫੱਟੜ ਹੋਇਆ, ਜਿਸ ਨੂੰ ਗੁਰਦਾਸਪੁਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਕਰਾਰ ਮੌਕੇ ਚਾਲਕ ਨੇ ਸਾਥੀਆਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੱਸਦੇ ਕਿ ਘਰ ਦੇ ਕੋਲ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ ਤਾਂ ਘਰ ਵਾਲੇ ਮਾਂ ਪੁੱਤ ਬਾਹਰ ਆਏ, ਜਿਨ੍ਹਾਂ ਨੇ ਆਵਾਜ਼ ਨੂੰ ਘੱਟ ਕਰਨ ਦੇ ਲਈ ਕਿਹਾ ਪਰ ਉਹਨਾਂ ਦੇ ਨਾਲ ਬਹਿਸਬਾਜ਼ੀ ਕੀਤੀ, ਇੱਥੋਂ ਤੱਕ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਮਾਂ ਦੀ ਦਰਦਨਾਕ ਮੌਤ ਹੋ ਗਈ, ਉਸਦਾ ਪੁੱਤ ਫੱਟੜ ਹੋ ਗਿਆ। ਤਾਂ ਮਾਮੂਲੀ ਗੱਲ ਦੇ ਪਿੱਛੇ ਇਹਨਾਂ ਦੀ ਜਾਨ ਲਈ ਗਈ, ਦੂਜਾ ਹਸਪੀਟਲ ਦੇ ਵਿੱਚ ਭਰਤੀ ਹੈ। ਟਰੈਕਟਰ ਸਵਾਰ ਮਿੱਟੀ ਪਾ ਰਿਹਾ ਸੀ, ਉੱਚੀ ਉੱਚੀ ਗਾਣੇ ਸਪੀਕਰਾਂ 'ਤੇ ਵੱਜ ਰਹੇ ਸੀ, ਆਵਾਜ਼ ਘੱਟ ਕਰਨ ਦੇ ਲਈ ਕਿਹਾ ਤਾਂ ਮਾਂ ਪੁੱਤ 'ਤੇ ਇਸ ਟਰੈਕਟਰ ਸਵਾਰ ਦੇ ਵੱਲੋਂ ਟਰੈਕਟਰ ਚਾੜ ਦਿੱਤਾ ਗਿਆ। ਮਾਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ।